ਅੱਜ ਕੱਲ੍ਹ ਨਾ ਸਾਰਿਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਟੈਲੈਂਟ ਆ, ਅਤੇ ਮੈਂ ਸੋਚਿਆ ਕਿ ਮੈਂ ਫਿਲਮਾਂ ਦੀ ਸ਼ੌਂਕਣ ਤਾਂ ਹੈ ਹੀ, ਐਕਟਿੰਗ ਦਾ ਟੈਲੈਂਟ ਤਾਂ ਚਲੋ ਮੇਰੇ ਵਿੱਚ ਹੈ ਹੀ ਆ, ਮੈਂ ਲਿਖਣ ਦਾ ਟੈਲੈਂਟ ਵੀ ਪਾਲ ਰਹੀ ਹਾਂ। ਮੈਂ ਕੁਛ ਲਾਈਨਾਂ ਲਿਖੀਆਂ ਨੇ, ਸੁਣ ਕੇ ਜ਼ਰਾ। ਹੈ ਤੇਰੇ ਰਾਹਾਂ ਦੇ ਵਿੱਚ ਬਹਿ ਗਏ ਹਾਂ, ਆਏ ਹਾਏ, ਤੇਰੇ ਰਾਹਾਂ ਦੇ ਵਿੱਚ ਬਹਿ ਗਏ ਹਾਂ, ਬਸ ਡੀਕਾਂ ਜੋਗੇ ਰਹਿ ਗਏ ਹਾਂ। ਡੀਕਾਂ ਮਤਲਬ ਉਹ ਡੀਕਾਂ ਨਹੀਂ, ਉਡੀਕਾਂ ਜੋਗੇ, ਠੀਕ ਹੈ ਨਾ, ਥੋੜ੍ਹਾ ਠੇਠ ਪੰਜਾਬੀ, ਬਸ ਡੀਕਾਂ ਜੋਗੇ ਰਹਿ ਗਏ ਹਾਂ। ਕਦ ਆਵੇਂਗਾ ਤੂੰ ਸੱਜਣਾ ਵੇ, ਆਏ ਹਾਏ, ਕਦ ਆਵੇਂਗਾ ਤੂੰ ਸੱਜਣਾ ਵੇ, ਕੋਈ ਝੂਠਾ ਲਾਰਾ ਹੀ ਲਾ ਦੇ। ਪਰ ਨਾ ਗੱਲ ਹੁਣ ਇੱਥੇ ਇਹ ਹੋ ਰਹੀ ਹੈ ਕਿ ਇਸ ਤੋਂ ਅੱਗੇ ਮੈਨੂੰ ਕੁਛ ਆ ਨਹੀਂ ਰਿਹਾ, ਅਤੇ ਉਹ ਮੈਂ ਸੋਚ ਰਹੀ ਹਾਂ ਵੀ ਇਸ ਤੋਂ ਅੱਗੇ ਹੁਣ ਮੈਂ ਕੀ ਲਿਖਾਂ। ਸੋਚ ਪਰ ਮੈਨੂੰ ਕੋਈ ਲਾਈਨ ਨਹੀਂ ਬਣ ਰਹੀ, ਕੋਈ ਝੂਠਾ ਲਾਰਾ ਲਾ ਹੀ ਦੇ, ਕੀ ਲਾਰਾ ਲਾਣਾ ਉਹਨੇ। ਉਹ ਤੁਸੀਂ ਕਿਹੜੇ ਚੱਕਰਾਂ 'ਚ ਬਹਿ ਗਏ ਸ਼ੌਕਣ ਜੀ? ਚੱਕਰਾਂ 'ਚ ਨਹੀਂ, ਮੈਂ ਦੇਖੋ ਮੈਂ ਨਾ ਲਿਖਿਆ ਆ ਕੁਛ, ਪਰ ਨਾ ਮੈਨੂੰ ਇਸ ਤੋਂ ਅੱਗੇ ਕੁਛ ਬਣ ਨਹੀਂ ਰਿਹਾ ਹੈਗਾ। ਤੇ ਬਣੂਗਾ ਨਾ, ਤੁਸੀਂ ਲਿਆਓ ਰੇ, ਤੁਸੀਂ ਜਿਹੜਾ ਤੁਹਾਡਾ ਕੰਮ ਆ ਫਿਲਮ ਵਾਲਾ, ਤੁਸੀਂ ਫਿਲਮ ਵਾਲਾ ਕੰਮ ਹੀ ਸਾਂਭੋ। ਨਹੀਂ ਉਹ ਤਾਂ ਚਲੋ, ਲਿਖਣ ਵਾਲਾ ਕੰਮ ਤੁਸੀਂ ਸਾਨੂੰ ਛੱਡ ਦਿਓ। ਅੱਛਾ, ਤੁਸੀਂ ਲਿਖੋਗੇ ਹੁਣ ਅੱਗੇ? ਆ ਤੁਸੀਂ ਪੂਰੀ ਕਰ ਸਕਦੇ ਆ ਲਾਈਨ, ਮੈਨੂੰ ਪਤਾ। ਤੇਰੇ ਰਾਹਾਂ ਦੇ ਵਿੱਚ ਬਹਿ ਗਏ ਆ, ਹਾਂ, ਬਸ ਡੀਕਾਂ ਜੋਗੇ ਰਹਿ ਗਏ, ਹਾਂ, ਉਹ ਡੀਕਾਂ, ਹਾਂ। ਅੱਛਾ, ਬਹੁਤ ਤੁਸੀਂ ਪੰਜਾਬੀ ਬਹੁਤ ਹੀ ਲਿਖਦੇ। ਤੇਰੇ ਰਾਹਾਂ ਦੇ ਵਿੱਚ ਬਹਿ ਗਏ ਆ, ਬਸ ਉਡੀਕਾਂ ਜੋਗੇ ਰਹਿ ਗਏ ਆ, ਕਦ ਆਵੇਂਗਾ ਤੂੰ ਸੱਜਣਾ ਵੇ, ਕੋਈ ਝੂਠਾ ਲਾਰਾ ਲਾ ਹੀ ਦੇ। ਹਾਂ, ਹੁਣ ਇਸ ਤੋਂ ਅੱਗੇ ਉਹਨੇ ਹੱਥ ਖੜੇ ਬਣ ਨਹੀਂ ਰਿਹਾ, ਇਹ ਕੰਮ ਵੈਸੇ ਤੁਹਾਡਾ ਹੀ ਆ, ਤੁਸੀਂ ਦੱਸੋ ਤਾਂ ਇਸ ਤੋਂ ਅੱਗੇ ਕੀ ਬਣ ਸਕਦਾ ਆ, ਜਿਹੜਾ ਸੱਚੀ ਮੋੜ ਵੀ ਆਵੇ ਵਿਚਾਰਾ। ਇੱਦਾਂ ਦੀਆਂ ਲਾਈਨਾਂ ਲਿਖਿਓ। ਤੇਰੇ ਰਾਹਾਂ ਦੇ ਵਿੱਚ ਬਹਿ ਗਏ ਆ, ਬਸ ਉਡੀਕਾਂ ਜੋਗੇ ਰਹਿ ਗਏ ਆ, ਕਦ ਆਵੇਂਗਾ ਤੂੰ ਸੱਜਣਾ ਵੇ, ਕੋਈ ਝੂਠਾ ਲਾਰਾ ਲਾ ਹੀ ਦੇ, ਜਿੰਦ ਤੜਪਾਉਣੇ ਜੋਗੇ ਰਹਿ ਗਏ। ਆਏ ਹਾਏ, ਦੇਖਿਆ ਨਾ, ਤੁਸੀਂ ਲਿਖ ਲਿਓ ਹੁਣ। ਹਾਂ, ਇਹ ਮੈਂ ਲਿਖ ਲੂੰਗੀ, ਤੁਸੀਂ ਲਿਖਣਾ ਆ? ਤੁਸੀਂ ਲਿਖ, ਜਿੰਦ ਤੜਪਾਉਣੇ ਜੋਗੇ ਰਹਿ ਗਏ। ਇੱਕ ਮਿੰਟ, ਹੈ ਨਾ, ਮੇਰੀ ਲਾਈਨ ਬਣ ਜੂਗੀ, ਠੀਕ ਹੈ। ਥੈਂਕ ਯੂ ਸੋ ਮੱਚ। ਤੇ ਵੈਸੇ ਮੈਂ ਜਿਹੜਾ ਲਿਖਿਆ ਸੀ ਉਹ ਕਿੱਦਾਂ, ਮਤਲਬ ਵਧੀਆ ਲਿਖਿਆ ਗਿਆ ਸੀ? ਹਾਂ, ਨਹੀਂ ਲਿਖਿਆ ਤਾਂ ਠੀਕ ਹੈ, ਪਰ ਤੁਹਾਡਾ ਫਿਲਮਾਂ ਨਾਲ ਠੀਕ ਚੱਲੀ ਜਾਂਦਾ, ਮੈਨੂੰ ਲੱਗਦਾ ਕੰਮ ਸਾਰਾ ਹਾਲੇ। ਨਹੀਂ, ਫਿਲਮਾਂ ਵਾਲਾ 'ਚ ਤਾਂ ਮੈਨੂੰ ਸਾਰੇ ਕਹਿ ਰਹੇ ਆ। ਸੋ ਫਾਈਨਲੀ ਅੱਜ ਮੇਰੇ ਸੁਪਨੇ 'ਚ ਆ ਗਏ ਨੇ ਜੀ, ਹੈਪੀ ਰਾਏਕੋਟੀ। ਅੱਛਾ, ਫਿਰ ਹੁਣ ਆਪਾਂ ਨਾਲ ਗਾਣਾ ਤਾਂ ਬਣਦਾ ਯਾਰ, ਤੁਹਾਡਾ ਜਾਨ, ਤੁਹਾਡਾ ਸਿੰਗਿੰਗ ਸਫ਼ਰ ਦੀ ਸ਼ੁਰੂਆਤ ਹੋਈ ਸੀ ਜੀ, ਉਹ ਜੇ ਉਹ ਵੇਲਾ ਨਾ ਉਹ 'ਚ ਕੁੜੀ ਕਰਦ ਜੀ ਮਾਰ ਦਿੰਦੀ ਬਾਂਹ 'ਤੇ। ਹਾਂਜੀ, ਹਾਂ, ਸੱਜਣਾ ਵੇ ਅਜ਼ਮਾਨਾ ਮੈਨੂੰ ਕਾਲੀਆਂ ਰਾਤਾਂ 'ਚ, ਸੱਜਣਾ ਵੇ ਅਜ਼ਮਾਨਾ ਮੈਨੂੰ ਕਾਲੀਆਂ ਰਾਤਾਂ 'ਚ, ਮੈਥੋਂ ਨਾ ਵੀ ਨਹੀਂ ਹੋਣੀ ਮੇਰੀ ਹਾਂ ਤੂੰ ਹੈ, ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀਆਂ, ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ ਹੈ ਵੇ ਮੇਰੀ ਜਾਨ ਤੂੰ ਹੈ। ਆਏ ਹਾਏ ਹਾਏ ਹਾਏ। ਅੱਛਾ, ਬੁੱਝਣ ਬੁਝਾਉਣ 'ਚ ਕਿੰਨੇ ਕੁ ਤੇਜ਼ ਹੋ ਫਿਰ, ਬੁੱਝ ਲੈਂਦੇ ਹੋ ਚੀਜ਼ਾਂ? ਹਾਂ, ਬੁੱਝ ਲੈਂਦੇ, ਬੁੱਝ ਲੈਂਦੇ ਹੋ। ਹਾਂ, ਚਲੋ ਅੱਜ ਆਊਗਾ। ਬਾਕੀ ਸਮਾਂ ਤਾਂ ਆਪਾਂ ਹੁਣੇ ਸਮਾਂ ਲਿਆ ਦੇਣਾ, ਮੈਂ ਤੁਹਾਡੇ ਕੋਲ ਬੁਝਾਰਤਾਂ ਪੁੱਛਣੀਆਂ ਨੇ। ਠੀਕ ਹੈ, ਠੀਕ ਹੈ, ਆਪਾਂ ਰੈਡੀ ਹਾਂ, ਤੁਸੀਂ ਪੁੱਛੋ। ਚਲੋ ਠੀਕ ਹੈ ਜੀ, ਠੀਕ ਹੈ, ਅਤੇ ਫਿਰ ਦੇਖਦੇ ਹਾਂ ਤੁਸੀਂ ਕਿੰਨੇ ਕੁ ਬੁੱਝਦੇ ਹੋ। ਲਾਲ ਗਊਂ ਲੱਕੜੀ ਖਾਵੇ, ਹਾਂ ਦੇਖੋ ਕਾਹਤੋਂ ਖਾਵੇ, ਤੁਹਾਨੂੰ ਮੈਂ ਵੀ ਨੀ ਪੁੱਛਿਆ, ਮੈਂ ਸੁੱਤੀ ਪਈ ਸੀ ਨਾ। ਲਾਲ ਗਊਂ ਲੱਕੜੀ ਖਾਵੇ, ਪਾਣੀ ਪੀਵੇ ਤਾਂ ਮਰ ਜਾਵੇ। ਲਾਲ ਗਊਂ ਲੱਕੜੀ ਖਾਵੇ, ਪਾਣੀ ਪੀਵੇ ਤਾਂ ਮਰ ਜਾਵੇ। ਵੈਸੇ ਕੰਮ ਕਰਨ ਦੀ ਲੋੜ ਕੀ ਆਪਾਂ ਨੂੰ, ਜਿਹੜੇ ਕੰਮਾਂ ਨਾਲ ਮਰਦਾ ਹੈ ਨਾ। ਲਾਲ ਗਊ ਲੱਕੜੀ ਖਾਵੇ, ਪਾਣੀ ਪੀਵੇ ਤਾਂ ਮਰ ਜਾਵੇ। ਔਖਾ ਕੰਮ ਹੋ ਗਿਆ ਆਪੇ, ਤੁਸੀਂ ਕਹਿ ਰਹੇ ਸੀ ਮੈਂ ਬੁੱਝ ਵੀ ਲੈਣਾ ਤੇ ਮੈਂ ਬੁੱਝ ਵੀ ਲੈਣਾ। ਕਈ ਵਾਰੀ ਗੱਲ ਨਿਕਲ ਜਾਂਦੀ ਨਾ ਅੰਦਰੋਂ, ਜਜ਼ਬਾਤ ਕਾਬੂ ਨਹੀਂ ਹੁੰਦਾ। ਹਿੰਟ ਦਵਾਂ? ਹਾਂਜੀ, ਦੇ ਦੇ। ਦੇਖੋ, ਉਹਦੇ ਤੋਂ ਬਿਨਾਂ ਨਾ ਤੁਸੀਂ ਕੁਛ ਨਹੀਂ ਕਰ ਸਕਦੇ, ਉਹ ਸਿਰਫ ਪਾਣੀ ਤੋਂ ਹੀ ਡਰਦੀ ਹੈ ਚੀਜ਼। ਕਿਹੜੀ ਚੀਜ਼ ਹੋ ਗਈ? ਪਾਣੀ ਤੋਂ ਹੀ ਡਰਦੀ ਹੈ, ਪਾਣੀ ਦੇ ਵਿੱਚ ਤਾਂ ਮਤਲਬ ਲੱਕੜੀ ਖਾਂਦੇ। ਹਾਂ, ਅੱਗ। ਹਾਂ, ਸੋ ਆਪਾਂ ਬੁੱਝ ਲਈਏ ਗੱਲ ਐਡੀ। ਚਲੋ ਅਗਲੀ। ਹਾਂਜੀ, ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ। ਹੁਣ ਜੇ ਤੁਸੀਂ ਮੈਨੂੰ ਕਿਹਾ ਨਾ ਵੀ ਮੈਂ ਇਹਨੂੰ ਇਹ ਵੀ ਨਹੀਂ ਆਉਂਦੀ, ਫਿਰ ਮੈਂ ਕੁਛ ਨਹੀਂ ਕਰ ਸਕਦੀ। ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ। ਨਹੀਂ,
ਦਹੀਂ ਦਾ ਪਿਓ ਕਿਹੜਾ ਹੁੰਦਾ ਦੁੱਧ ਦੁੱਧ ਹੁੰਦਾ ਯਾਰ ਮੈਂ ਕਿਹਾ ਪੁੱਤਰ ਪਿਓ ਨਾਲੋਂ ਵੀ ਗੋਰਾ ਕਟੋਰੇ ਤੇ ਕਟੋਰਾ ਪੁੱਤਰ ਪਿਓ ਨਾਲੋਂ ਵੀ ਗੋਰਾ ਭਾਈ ਪਤਾ ਨਹੀਂ ਨਹੀਂ ਨਾ ਆਪਾਂ ਇਦਾਂ ਯੂਜ਼ ਕਰੀਦਾ ਉਹ ਕਿਦਾਂ ਹਰ ਸ਼ੁਭ ਕੰਮ ਦੀ ਸ਼ੁਰੂਆਤ ਉਹਦੇ ਤੋਂ ਹੁੰਦੀ ਨਾਰੀਅਲ ਹਾਂ ਹੁਣ ਤਾਂ ਬੁੱਝ ਲੈਣਾ ਸੀ ਨਾਰੀਅਲ ਹੁਣ ਮੈਂ ਇੱਕ ਸੋਚੀ ਜਾਂਦਾ ਸੀ ਕਿ ਇੱਕ ਮੇਰੀ ਭੂਆ ਸੁਣਾਉਂਦੀ ਹੁੰਦੀ ਆ ਤੇ ਮੈਂ ਸੋਚਦਾ ਕਿ ਉਹ ਮੈਂ ਤੁਹਾਨੂੰ ਪੁੱਛਾਂ ਪਰ ਮੈਨੂੰ ਬੁਝਾਰਤ ਨਹੀਂ ਯਾਦ ਆ ਰਹੀ ਚਲੋ ਕੋਈ ਨਹੀਂ ਅਗਲੇ ਵਾਰੀ ਸਹੀ ਜੇ ਤੁਹਾਨੂੰ ਹੁਣ ਯਾਦ ਆ ਗਈ ਐਸੇ ਸੁਪਨੇ ਸੁਣਾ ਦੇਣਾ ਅਗਲੇ ਵਾਰ ਜਦੋਂ ਸੁਪਨੇ ਨਹੀਂ ਅਗਲੇ ਤੁਹਾਡੇ ਸੁਪਨੇ ਅਗਲੀ ਮੈਂ ਨੀਂਦ ਚ ਆਉਂਗਾ ਚਲੋ ਹੁਣ ਕੋਈ ਚੱਕਰ ਨਹੀਂ ਆਪਾਂ ਫਿਰ ਬੁਝਾਰਤਾਂ ਦੇ ਆ ਸੌਰੀ ਗੇਮ ਖੇਡ ਲੈਂਦੇ ਪਿਟਾਰਾ ਵਾਲੀ ਗੇਮ ਇਹਦੇ ਚ ਅਸੀਂ ਕੁਛ ਚੀਜ਼ਾਂ ਪਾਈਆਂ ਨੇ ਠੀਕ ਹੈ ਮੈਂ ਖੋਲੂੰਗੀ ਤੁਸੀਂ ਅੱਖਾਂ ਬੰਦ ਕਰਨੀਆਂ ਨੇ ਅੱਖਾਂ ਬੰਦ ਕਰਕੇ ਕੋਈ ਵੀ ਇੱਕ ਚੀਜ਼ ਕੱਢਣੀ ਹੈ ਔਰ ਚੀਜ਼ ਨੂੰ ਕੱਢ ਕੇ ਸਭ ਤੋਂ ਪਹਿਲਾਂ ਤੁਹਾਡੇ ਦਿਮਾਗ ਵਿੱਚ ਕਿਹੜੀ ਚੀਜ਼ ਆ ਰਹੀ ਹੈ ਉਹ ਤੁਸੀਂ ਦੱਸਣੀ ਹੈ ਕੋਈ ਯਾਦ ਮੈਮਰੀ ਗਾਣਾ ਕੁਛ ਵੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਜੀ ਕਰੋ ਅੱਖਾਂ ਬੰਦ ਗੱਡੀ ਖੋਲੋ ਖੋਲੋ ਹੁਣ ਤਾਂ ਖੋਲੋ ਮੈਂ ਮੇਰੇ ਨਾਨਕੇ ਰਹਿਣਾ ਜ਼ਿਆਦਾ ਹੈ ਨਾ ਪਿੰਡ ਤੇ ਸਾਡੇ ਉੱਥੇ ਘਰ ਕੋਲੇ ਇੱਕ ਘਰ ਸੀਗਾ ਉਹਨਾਂ ਦਾ ਟਰੈਕਟਰ ਸੀਗਾ ਇੱਕ ਵਾਰੀ ਉਹ ਸਟਾਰਟ ਨਹੀਂ ਹੁੰਦਾ ਸੀ ਤੇ ਉਹਨਾਂ ਇੱਕ ਲੋਹੇ ਦੀ ਲਾਈਕ ਸੂਆ ਹੁੰਦਾ ਪੰਜਾਬੀ ਜਿਹਨੂੰ ਕਹਿੰਦੇ ਤੇ ਉਹ ਸੂਏ ਨਾਲ ਸਟਾਰਟ ਕਰ ਦਿੰਦੇ ਤੇ ਮੈਂ ਸੂਏ ਨਾਲ ਪਹਿਲਾਂ ਮੈਂ ਛੋਟਾ ਸੀ ਉਦੋਂ ਤੇ ਮੈਂ ਸਟਾਰਟ ਕਰਕੇ ਮੈਂ ਗੇਅਰ ਪਾ ਲਿਆ ਤੇ ਗਾਂ ਜਾ ਕੇ ਕੰਧ 'ਚ ਵੱਜ ਕੇ ਰੁਕਿਆ ਸੀ ਉਦੋਂ ਪਹਿਲਾਂ ਨਿਕਲਦਾ ਸੀ ਤੇ ਮੈਨੂੰ ਉਹੀ ਯਾਦ ਅੱਜ ਪ੍ਰੋਪਰ ਉਹ ਵੀ ਲਾਲ ਕਲਰ ਦਾ ਸੀਗਾ ਲਾਲ ਰੰਗ ਦਾ ਹੀ ਮਤਲਬ ਅੰਗਰੇਜ਼ੀ ਪੰਜਾਬੀ ਅੱਜ ਕੱਲ੍ਹ ਚੱਲਦਾ ਨਾ ਅਰਬਨ ਸੌਂਗਸ ਤਾਂ ਮੈਂ ਲਾਲ ਕਲਰ ਕਿਹਾ ਨਹੀਂ ਉਹ ਤਾਂ ਕੋਈ ਯਾਦ ਆਈ ਮੈਨੂੰ ਫਿਰ ਤੁਸੀਂ 60-60 ਵੱਜੇ ਸੀ ਕਿ ਠੀਕ ਮਤਲਬ ਨਹੀਂ ਨਹੀਂ ਉਹ ਬਚ ਗਿਆ ਸੀ ਉਦੋਂ ਬਚ ਗਿਆ ਸੀ ਬਸ ਉਦੋਂ ਡੇਕ ਲੱਗੀ ਸੀ ਉਹਨਾਂ ਦੇ ਉਹ ਹਲੇ ਨਵੀਂ ਨਵੀਂ ਸੀ ਵਿਚਾਰੀ ਡੇਕ ਹੈ ਨਾ ਉਹ ਪਹਿਲਾਂ ਡੇਕ ਉਹਨੇ ਤੋੜਤੀ ਤੇ ਫਿਰ ਗਾਂ ਕੰਧ 'ਚ ਵੱਜਿਆ ਤੇ ਬਚਾ ਹੋ ਗਿਆ ਕੰਧ ਵੀ ਬਚ ਗਈ ਤੇ ਮੈਂ ਵੀ ਬਚ ਗਿਆ ਅੱਛਾ ਚਲੋ ਜੀ ਹਾਂਜੀ ਕਰੋ ਅੱਖਾਂ ਬੰਦ ਵਾਹਿਗੁਰੂ ਚਲੋ ਹਾਂਜੀ ਹਾਂ ਇਹ ਇਹ ਤਾਂ ਬੜੇ ਕੰਮ ਦੀ ਚੀਜ਼ ਹੈ ਇਹ ਤਾਂ ਅਕਸਰ ਸਾਡੇ ਬਹੁਤ ਸਾਰੇ ਗਾਣੇ ਜਿਹੜੇ ਮੈਂ ਲਿਖੇ ਲਾਈਕ ਹਾਰਮੋਨੀਅਮ ਤੇ ਇਹ ਤਾਂ ਚਲੋ ਪਿਆਨੋ ਹੈ ਨਾ ਤੇ ਮੈਂ ਇੱਕ ਗਾਣਾ ਲਿਖਿਆ ਸੀਗਾ ਇਨਸੋਮਨੀਆ ਸਿੱਪੀ ਵੀਰੇ ਦਾ ਆਇਆ ਸੀਗਾ ਤੇ ਉਹ ਮੈਨੂੰ ਯਾਦ ਆ ਉਦੋਂ ਸਟੂਡੀਓ ਸੀਗੇ ਤੇ ਲਾਡੀ ਕੀਬੋਰਡ ਪਲੇ ਕਰਦਾ ਸੀ ਤੇ ਉਹ ਅਚਾਨਕ ਉੱਥੇ ਬਣਿਆ ਸੀ ਇੱਕ ਦਿਲ ਨਹੀਂ ਲੱਗਦਾ ਤੇਰੇ ਬਿਨ ਇੱਕ ਅੱਖ ਨਹੀਂ ਸੌਂਦੀ ਰਾਤਾਂ ਨੂੰ ਉਹ ਯਾਦ ਆ ਰਿਹਾ ਮੈਨੂੰ ਇੱਕ ਮੈਨੂੰ ਇਹ ਟਿਊਨ ਕੱਢਣੀ ਆਉਂਦੀ ਜੇ ਵੱਜਦਾ ਹੁੰਦਾ ਮੈਂ ਸੁਣਾ ਦਿੰਦਾ ਅੱਛਾ ਕਿਹੜੀ ਹੈ ਅੱਛਾ ਜ਼ਿਆਦਾ ਮੈਨੂੰ ਆਉਂਦਾ ਨਹੀਂ ਪਰ ਜਿੰਨਾ ਕੁ ਆਉਂਦਾ ਉਹ ਸੁਣਾ ਲੈਣਾ ਸੀ ਜੇ ਚੱਲਦਾ ਹੁੰਦਾ ਤਾਂ ਓਹੋ ਦਿਲ ਦੀ ਗੱਲ ਸ਼ਾਇਦ ਪਤਾ ਲੱਗ ਗਿਆ ਦਿਲ ਦੀ ਗੱਲ ਸ਼ਾਇਦ ਪਤਾ ਲੱਗ ਗਿਆ ਸ਼ੌਂਕਣ ਜੀ ਨੂੰ ਸੱਚੀ ਚਲੋ ਫੇਰ ਇੱਕ ਮੰਦੇ ਆ ਜੀ ਹਾਂਜੀ ਹਾਂਜੀ ਗੁੱਲੀ ਡੰਡਾ ਦੇਖ ਦੇਖ ਲਿਆ ਤੁਸੀਂ ਨਾ ਨਾ ਮੈਂ ਦੇਖਿਆ ਨਹੀਂ ਸੀ ਤੁਸੀਂ ਦੇਖ ਲਿਆ ਮੈਨੂੰ ਪਤਾ ਹੈ ਨਹੀਂ ਦੇਖਿਆ ਸੀ ਨਹੀਂ ਦੇਖਿਆ ਸੀਗਾ ਅੱਛਾ ਫੇਰ ਠੀਕ ਹੈ ਗੁੱਲੀ ਡੰਡਾ ਮੈਨੂੰ ਯਾਦ ਆ ਕਿ ਮੈਂ ਤਾਂ ਹੁਣੇ ਇੱਕ ਮੇਰਾ ਗੀਤ ਵੀ ਆਇਆ ਪਰ ਉਹ ਅਲੱਗ ਗੁੱਲੀ ਡੰਡਾ ਮੈਂ ਆਡੀਓ ਛੱਡਿਆ ਸੀ ਉਹ ਜਿਹੜਾ ਕਣਕ ਤੇ ਹੁੰਦਾ ਉਹ ਆ ਤੇ ਪਰ ਜਿਹੜਾ ਇਹ ਗੁੱਲੀ ਡੰਡਾ ਇਹ ਮੈਨੂੰ ਯਾਦ ਆ ਮੇਰੀ ਨਾਨੀ ਮੈਨੂੰ ਲਿਆ ਕੇ ਦਿੰਦੀ ਹੁੰਦੀ ਸੀ ਉਹ ਜਦੋਂ ਜਾਂਦੇ ਹੁੰਦੇ ਸੀਗੇ ਕਿਤੇ ਯਾਤਰਾ ਤੇ ਤੇ ਨਿੱਕੇ ਹੁੰਦੇ ਨੂੰ ਮੈਨੂੰ ਲਿਆ ਕੇ ਦਿੰਦੇ ਹੁੰਦੇ ਸੀ ਗੁੱਲੀ ਡੰਡਾ ਬਸ ਗੁੱਲੀ ਡੰਡਾ ਮਰ ਜੇ ਫਿਰ ਕੋਈ ਫਿਕਰ ਨਹੀਂ ਆ ਤੇਰੇ ਸ਼ਿਕੇ ਵਾਲੀ ਮਾਰ ਮੂਰ ਜੱਟ ਸਹਿ ਜੂਗਾ ਕਣਕਾਲਾ ਗੁੱਲੀ ਡੰਡਾ ਅੱਛਾ ਕੀ ਬਾਤ ਹੈ ਚਲੋ ਜੀ ਹੋਰ ਦੱਸੋ ਹੋਰ ਆਪਾਂ ਖੇਡਦੇ ਹਾਂ ਪਰ ਤੁਸੀਂ ਪਟਾਰਾ ਵਾਲੀ ਹੁਣ ਗੇਮ ਖੇਡੀ ਆ ਸਾਡੀ ਤੇ ਗੁੜ ਤਾਂ ਤੁਹਾਨੂੰ ਦੇਣਾ ਬਣਦਾ ਹੀ ਆ ਪਹਿਲਾਂ ਕਿੱਧਰ ਗਿਆ ਪਹਿਲਾਂ ਪਹਿਲਾਂ ਦੇਖੋ ਚਲੋ ਤੁਸੀਂ ਪਟਾਰਾ ਵਾਲੀ ਗੇਮ ਤਾਂ ਐਡੀ ਵਧੀਆ ਖੇਡੀ ਅਗਲੀ ਸਾਡੀ ਗੇਮ ਹੈਗੀ ਆ ਜੀ ਕੁਸਰ ਮੁਸਰ ਕੁਸਰ ਮੁਸਰ ਕੁਸਰ ਮੁਸਰ ਵਿੱਚ ਆਪਾਂ ਕੁਸਰ ਮੁਸਰ ਕਰਾਂਗੇ ਇਹ ਤੁਸੀਂ ਹੈਡਫੋਨਸ ਲਾ ਲੈਣੇ ਆ ਠੀਕ ਹੈ ਠੀਕ ਹੈ ਨਾ ਮੈਂ ਗਾਣਾ ਲਾ ਦੇਣਾ ਉੱਚੀ ਆਵਾਜ਼ ਵਿੱਚ ਓਕੇ ਠੀਕ ਹੈ ਫਿਰ ਮੈਂ ਕੁਛ ਬੋਲੂੰਗੀ ਤੁਸੀਂ ਬੁੱਝਣਾ ਆ ਕਿ ਮੈਂ ਕੀ ਬੋਲ ਰਹੀ ਹਾਂ ਲਿਪਸਿੰਗ ਤੋਂ
ठीक है चलो जी सारे तो गोल मोली कर देने आओ जी लावा हां जी सुंदर दा नहीं कुछ ना ये कितना सुन जांदा यार हरक नु पक्का हां जी हैं चलो पहला कुड़ी मर गई तेरे ते कुड़ी मर दी तेरे ते हां ठीक है अगला अगला आजो खेडिए गुल्ली डंडा आजो खेडिए गुल्ली डंडा आजो चलिए हां किथे चलिए आजो चलिए खेडिए खेडिए गुल्ली डंडा आजो गुल्ली डंडा खेडी हां हां आज तो बड़ी आ रही है पर बुझ किधर रहे हैं अगला हैप्पी डे किधर ਮੈਨੂੰ ਦੇਖ ਖੁਸ਼ ਹੋ ਰਿਹਾ ਕਿ ਗਾਣਾ ਸੁਣ ਕੇ ਖੁਸ਼ ਹੋ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਹੈਪੀ ਦੇ ਆਪਣੀ ਹਿਜਰ ਵਿੱਚ ਹੈਪੀ ਦੇ ਹਿਜਰ ਵਿੱਚ ਸੜਦੀ ਹੋਵੇਗੀ ਹੈਪੀ ਦੇ ਆਪਣੀ ਹੈਪੀ ਦੇ ਆਪਣੇ ਆਪਣੇ ਹੈਪੀ ਦੇ ਹੈਪੀ ਦੇ ਹੈਪੀ ਜੀ ਹਾਂ ਜੀ ਨਹੀਂ ਹੈਪੀ ਦੇ ਹੈਪੀ ਹੈਪੀ ਦੇ ਵਾਹਿਗੁਰੂ ਹਿਜਰ ਵਿੱਚ ਜੇ ਵਿੱਚ ਹਿਜਰ ਵਿੱਚ ਹਿਜਰ ਵਿੱਚ ਸੜਦੀ ਹੋਵੇਗੀ ਸੜਦੀ ਹੋਵੇਗੀ ਹਾਂ ਸੜਨ ਤੋਂ ਨਹੀਂ ਹਿਜਰ ਵਿੱਚ ਸੜਦੀ ਹੋਵੇਗੀ ਹਾਂ ਇਹ ਕੋਟੀ ਤਾਂ ਮੈਂ ਬੋਲਿਆ ਨਹੀਂ ਸੀ ਅਗਲਾ ਗਾਣਾ ਪਿਆ ਹਲੇ ਅੱਛਾ ਅਗਲਾ ਸ਼ੌਂਕਣ ਦੀਆਂ ਸ਼ੌਂਕਣ ਸ਼ੌਂਕਣ ਦੀਆਂ ਸ਼ੌਂਕਣ ਦਾ ਸ਼ੌਂਕਣ ਦੀਆਂ ਕਿਹਦਾ ਯਾਰ ਮੈਨੂੰ ਦੇਖ ਖੁਸ਼ ਹੋ ਰਹੇ ਸ਼ੌਂਕਣ ਦੀਆਂ ਸ਼ੌਂਕਣ ਦੀਆਂ ਕ੍ਰੇਜ਼ੀ ਡਿਮਾਂਡਸ ਨੇ ਦੁਬਾਰਾ ਦੁਬਾਰਾ ਸ਼ੌਂਕਣ ਦੀਆਂ ਨਾ 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 ਬੜਾ ਚਲਾ ਗਾ ਨਾ ਸ਼ੌਂਕਣ ਦੀਆਂ ਸ਼ੌਂਕਣ ਦੇ ਦੀਆਂ ਕ੍ਰੇਜ਼ੀ ਡਿਮਾਂਡਸ ਨੇ ਕ੍ਰੇਜ਼ੀ ਡਿਮਾਂਡਸ ਨੇ ਸਮਝ ਗਿਆ ਉੜਾ ਉੜਾ ਕ੍ਰੇਜ਼ੀ ਡਿਮਾਂਡਸ ਨੇ ਸ਼ੌਂਕਣ ਦੀਆਂ ਦਾ ਕ੍ਰੇਜ਼ੀ ਕ੍ਰੇਜ਼ੀ ਕ੍ਰੇ ਸ਼ੌਂਕਣ ਦੀਆਂ ਕ੍ਰੇਜ਼ੀ ਡਿਮਾਂਡਸ ਨੇ ਓਏ ਹੋਏ ਅਸਲ ਮੈਂ ਗਾਣੇ ਚ ਰੁੱਝ ਜਾਣਾ ਫਿਰ ਮੈਨੂੰ ਪਤਾ ਚਲੋ ਕੋਈ ਨਹੀਂ ਇੱਕ ਹੀ ਗੱਲ ਤਾਂ ਬਸ ਖਤਮ ਹੋ ਗਿਆ ਹੁਣ ਮੇਰਾ ਤੁਸੀਂ ਮੈਂ ਜਿੱਤ ਗਏ ਜਿੱਤੇ ਮੈਂ ਆਪਾ ਜਿੱਤ ਗਏ ਤੁਸੀਂ ਐਲੋ ਜੀ ਇੱਕ ਹੋਰ ਗੁੜ ਇੱਕ ਹੋਰ ਗੁੜ ਕਰ ਦੋਗੇ ਕਿਲੋ ਗਾਦਣ ਤੇ ਚਾਹ ਜੋਗਾ ਚਲੋ ਜੀ ਹਾਂਜੀ ਅਗਲੀ ਗੇਮ ਖੇਡੀਏ ਹਾਂਜੀ ਚਲੋ ਜੀ ਆ ਗੇਮ ਤਾਂ ਮਤਲਬ ਮੈਂ ਜਿੱਤ ਗਿਆ ਜਿੱਤ ਗਏ ਤੁਸੀਂ ਜਿਹੜੀ ਨਹੀਂ ਵੀ ਜਿੱਤੀ ਤਾਂ ਵੀ ਗੁੜ ਦਿੱਤੇ ਚਲੋ ਫੇਰ ਵੀ ਸ਼ੌਂਕਾਂ ਦੇ ਸੁਪਨੇ ਚ ਹਾਰੇ ਹੋਏ ਵੀ ਜਿੱਤ ਜਾਂਦੇ ਨੇ ਵਾਹ ਤੇ ਜਿੱਤੇ ਹੋਏ ਨੂੰ ਅਸੀਂ ਹੋਰ ਨਹੀਂ ਜਿੱਤਣ ਦੇ ਕੀ ਬਾਤ ਦੇਖੋ ਸ਼ਾਇਰੀ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਹੈਸ਼ਟੈਗ ਬ੍ਰੇਕ ਤੋਂ ਬਾਅਦ ਤੁਹਾਡਾ ਵੀ ਸਵਾਗਤ ਹੈ ਤੁਹਾਡਾ ਵੀ ਅੱਛਾ ਅੱਜ ਕੱਲ ਮੌਸਮ ਨਾ ਬਦਲ ਗਿਆ ਹੈ ਤੇ ਤੁਸੀਂ ਆਪਣਾ ਨਾਮ ਵੀ ਬਦਲ ਲਿਆ ਹੋਣਾ ਹਨਾ ਇਹ ਕਿਦਾਂ ਮੈਨੂੰ ਸਮਝ ਨਹੀਂ ਆਇਆ ਇਹ ਕਿਹੜਾ ਬੁਝਾਰਤ ਸੀ ਨਹੀਂ ਇਹ ਬੁਝਾਰਤ ਨਹੀਂ ਹੈਗੀ ਸੀਰੀਅਸਲੀ ਨਾ ਹੁਣ ਦੇਖੋ ਮੌਸਮ ਇੰਨਾ ਬਦਲ ਗਿਆ ਹੈ ਤੇ ਤੁਸੀਂ ਆਪਣਾ ਨਾਮ ਹੁਣ ਸਿਰਫ ਹੈਪੀ ਰਾਏ ਲਾਉਂਦੇ ਹੋਵੋਗੇ ਹਨਾ ਕਿਉਂਕਿ ਕੋਟੀਆਂ ਨਹੀਂ ਪੈਣੀਆਂ ਹੁਣ ਨਾ ਗਰਮੀਆਂ ਆ ਗਈਆਂ ਨੇ ਨਹੀਂ ਨਾਮ ਉਹੀ ਰਹੂਗਾ ਨਾਮ ਉਹੀ ਰਹੂਗਾ ਮੈਨੂੰ ਲੱਗਾ ਕਿ ਸ਼ਾਇਦ ਨਾ ਵੀ ਹੁਣ ਮਤਲਬ ਕੋਈ ਕੋਟੀ ਕੁਟੀ ਤਾਂ ਪੈਣੀ ਨਹੀਂ ਹੁਣ ਅਸੀਂ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਤਾਂ ਵਾਂਗੂ ਖੜੇ ਆਹ ਗੱਲ ਕਰ ਗਏ ਨਾ ਫਿਰ ਮਤਲਬ ਪੱਕੇ ਲਈ ਰਿਸਿਸਟ ਵਾਲੀ ਆਏ ਹਾਏ ਸਹੀ ਅੱਛਾ ਹੈਪੀ ਤੁਸੀਂ ਨਾ ਕੁੜੀ ਨੂੰ ਫੋਨ ਕਰ ਲੈਣਾ ਸੀ ਵਿਚਾਰੀ ਨੂੰ ਮਤਲਬ ਉਹ ਤੁਹਾਡਾ ਇੰਤਜ਼ਾਰ ਕਰ ਰਹੀ ਆ ਬੈਠੀ ਹੋਈ ਬੇਚਾਰੀ ਨਾ ਮੈਨੂੰ ਬੜਾ ਤਰਸ ਜਿਹਾ ਆਉਂਦਾ ਹੈ ਬਹੁਤ ਬਜ਼ਾਰ ਤਾਂ ਪਾਣੀ ਸ਼ੌਕ ਨਹੀਂ ਹੁਣ ਸਹੀ ਸੀ ਦੱਸੋ ਕਿਹੜੀ ਕੁੜੀ
ਬਈ ਹੁਣ ਦੇਖੋ ਸ਼ੌਂਕਣ ਨੂੰ ਰਿਪੋਰਟ ਤਾਂ ਮਿਲ ਜਾਂਦੀ ਹੈ ਸਾਰੀ, ਹੈ ਨਾ, ਵੀ ਹੁਣ ਇੰਨੀ ਵੇਟ ਕਰਾਉਣੀ ਚੰਗੀ ਨਹੀਂ ਹੁੰਦੀ। ਪਰ ਕਿਹੜੀ ਕੁੜੀ, ਮੈਂ ਉਹੀ ਪੁੱਛ ਰਿਹਾ, ਮੈਨੂੰ ਦੱਸੋ ਤਾਂ ਇਹ ਤੁਸੀਂ ਮੇਰੇ ਕੋਲ ਇੱਥੇ ਬੈਠੇ ਹੋ ਇੰਨੀ ਦੇਰ ਦੇ, ਹਾਂਜੀ ਹਾਂ, ਤੇ ਉਹ ਪਿੱਛੋਂ ਜੇ ਪਾਗਲ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੋਊਗਾ, ਕੌਣ ਜ਼ਿੰਮੇਵਾਰ ਆ ਮੈਨੂੰ ਦੱਸੋ। ਤੁਸੀਂ ਦੇਖੋ ਫਿਲਮਾਂ ਦੀਆਂ ਗੱਲਾਂ ਕਰਦੇ ਕਰਦੇ ਤੁਸੀਂ ਸ਼ੌਂਕਣ ਜੀ ਗਾਣਿਆਂ 'ਚ ਆ ਜਾਂਦੇ, ਮੈਨੂੰ ਫਿਰ ਗਾਣਿਆਂ 'ਚ ਵੀ ਤੁਸੀਂ ਉਲਟੀਆਂ ਬੁਝਾਰਤਾਂ, ਉਸ ਤੋਂ ਪਹਿਲਾਂ ਵੀ ਪੁੱਠੀਆਂ ਬੁਝਾਰਤਾਂ। ਫਿਰ ਤੁਸੀਂ ਯਾਰ ਤੁਸੀਂ ਗਾਣਾ ਹੀ ਦੱਸੋ ਏਦਾਂ ਦਾ ਗਾਇਆ ਨਾ, ਜਦੋਂ ਮੈਂ ਪਾਗਲ ਹੋ, ਉਹ ਜਾਊਂਗੇ ਉਹਦੇ ਕੋਲ ਜਦੋਂ ਪਾਗਲ ਹੋ ਗਈ। ਉਹ ਗਾਣੇ 'ਚ ਮੈਂ ਅਸਲ 'ਚ ਹੈ ਹੀ ਨਹੀਂ ਸੀਗਾ, ਉਹ ਇੱਕ ਗੋਰਾ ਬਾਈ ਸੀਗਾ, ਆਪਾਂ ਤਾਂ ਉਹ 'ਚ ਸਿਰਫ ਗਾ ਰਹੇ ਸੀ, ਆਪਾਂ ਉਹ ਗੋਰੇ ਦੀ ਫੀਲਿੰਗ ਦੱਸੀ ਸੀ, ਅਤੇ ਆਪਣਾ ਕੋਈ ਚੱਕਰ ਨਹੀਂ ਹੈ ਫੋਨ ਫੋਨਾਣਾ, ਤੁਹਾਡੇ ਸਾਹਮਣੇ ਦੱਸੋ ਕੋਈ ਫੋਨ ਆਇਆ, ਆਪਣੇ ਕੋਲ ਟੈਨਸ਼ਨ ਹੀ ਕੋਈ ਨਹੀਂ, ਟੈਨਸ਼ਨ ਫਰੀ ਰਹੀਦਾ ਆਪਾਂ ਫੋਨਾਂ ਫਾਨਾਂ ਤੋਂ ਪਰੇ। ਅੱਛਾ ਨਹੀਂ ਉਹ ਪਾਗਲ ਪੂਗਲ ਐਵੇਂ ਕੋਈ ਹੋ ਗਈ ਤੇ ਫਿਰ ਉਹ ਐਵੇਂ ਮੈਨੂੰ ਨਾ ਗਾਲਾਂ ਗੂਲਾਂ ਕੱਢੇ, ਨਾਲ ਤੁਹਾਨੂੰ ਵੀ ਇੱਥੇ ਬੈਠੇ ਤੁਸੀਂ ਆਪਣਾ ਕੋਈ ਚੱਕਰ ਨਹੀਂ ਸ਼ੌਂਕਣ ਜੀ, ਬੇਫਿਕਰ ਹੋ ਕੇ ਤੁਸੀਂ 2 ਘੰਟੇ ਲਾਓ ਤੇ ਹੁਣ ਨਹੀਂ ਹੋ ਗਿਆ ਜੀ ਸਾਰਾ, ਜੀ ਜੀ ਪੁੱਜਣ ਬੁਝਾਉਣ ਵਾਲਾ ਕੰਮ ਖਤਮ, ਠੀਕ ਹੈ ਠੀਕ ਹੈ, ਤੁਸੀਂ ਬੁੱਝ ਲਿਆ, ਤੁਹਾਨੂੰ ਗੁੜ ਵੀ ਮਿਲ ਗਏ, ਸਾਰਾ ਕੁਝ ਹੋ ਗਿਆ, ਅਸੀਂ ਜਿੱਤ ਗਏ, ਤੁਸੀਂ ਜਿੱਤ ਗਏ, ਹੈ ਨਾ। ਹੁਣ ਇਹ ਦੱਸੋ ਕਿ ਤੁਸੀਂ ਹੁਣ ਨਵਾਂ ਕੀ ਲੈ ਕੇ ਆ ਰਹੇ ਹੋ ਸਾਡੇ ਵਾਸਤੇ। ਨਵਾਂ ਹੁਣੇ ਸੀ ਬਸ ਇੱਕ ਟੋਪ ਦਾ ਮੈਂ ਆਡੀਓ ਰਿਲੀਜ਼ ਕੀਤਾ ਸੀ ਮੇਰੇ ਆਪਣੇ ਚੈਨਲ 'ਤੇ, ਅਤੇ ਉਹ ਸਾਰਿਆਂ ਨੇ ਸਬਸਕ੍ਰਾਈਬ ਵੀ ਕਰਿਓ, ਹੈਪੀ ਰਾਏ ਕੁੱਟੀ ਆਫੀਸ਼ੀਅਲ ਯੂਟਿਊਬ ਚੈਨਲ ਆ, ਅਤੇ ਹੁਣ ਅਸੀਂ ਟੋਪ ਦਾ ਵੀਡੀਓ ਲੈ ਕੇ ਆ ਰਹੇ ਹਾਂ ਜੀ ਉਹ ਗਾਣੇ ਦਾ, ਅਤੇ ਬਾਕੀ ਕੈਰੀ ਓਨ ਜੱਟਾ 2 ਆ ਰਹੀ ਆ, ਉਹਦੇ 'ਚ ਆਪਣੇ ਸਾਰੇ ਗਾਣੇ ਵਿੱਚ 5 ਗਾਣੇ ਨੇ ਮੇਰੇ, ਅਤੇ ਉਹ ਤੁਹਾਨੂੰ ਵਧੀਆ ਲੱਗਣਗੇ। ਕੈਰੀ ਓਨ ਜੱਟਾ 2 ਆ ਰਹੀ ਆ, ਅਤੇ ਇੱਕ ਫਿਲਮ 5 ਖਾਬ ਆ ਰਹੀ ਆ, ਇੱਕ ਕੀਪੀ ਬਾਈ ਉਹਨਾਂ ਦੀ ਮਰ ਗਏ ਲੋਕ, ਕਾਫੀ ਸਾਰੀਆਂ ਫਿਲਮਾਂ ਦੇ ਗਾਣੇ ਤੁਹਾਨੂੰ ਸੁਣ। ਅੱਛਾ ਫਿਲਮਾਂ ਦੀ ਗੱਲ ਕੀਤੀ ਆ ਹੁਣ ਤੁਸੀਂ, ਹਾਂਜੀ ਹਾਂਜੀ, ਤੇ ਇਸ ਸਾਲ ਆਪਣੀ ਜਿਹੜੀ ਮਿਲਾਂ ਦਾ ਪੂਰੇ 4 ਸਾਲ ਬਾਅਦ ਐਲਬਮ ਮੈਂ ਰਿਲੀਜ਼ ਕਰੂੰਗਾ। ਅੱਛਾ ਫਿਲਮਾਂ ਦੀ ਤੁਸੀਂ ਗੱਲ ਕੀਤੀ ਆ, ਫਿਲਮਾਂ ਫਿਲਮ ਫਿਲਮ ਕਰ ਰਹੇ ਹੋ ਕੋਈ ਇਸ ਸਾਲ, ਹੈਗਾ ਪਲਾਨ? ਨਹੀਂ ਹਾਲੇ ਤਾਂ ਕੋਈ ਫਿਲਮ ਨਹੀਂ ਕਰ ਰਹੇ, ਦੇਖਦੇ ਹਾਂ ਬਾਕੀ ਜੇ ਕੋਈ ਮੈਨੂੰ ਲੱਗਦਾ ਕੁਛ, ਇੱਕ ਮੈਂ ਆਪ ਲਿਖ ਰਿਹਾ ਹੁਣ, 2 ਸਟੋਰੀਜ਼ ਮੈਂ ਲਿਖੀਆਂ ਨੇ। ਅੱਛਾ, ਅਤੇ ਮੈਨੂੰ ਲੱਗਦਾ ਜੇ ਉਹਨਾਂ 'ਚੋਂ ਕੋਈ ਸਿਸਟਮ ਜਾਂ ਕੋਈ ਇੱਕ ਅੱਧੀ ਮੈਂ ਹੋਰ ਲਿਖੀ ਤਾਂ ਫਿਰ ਕਰੂੰਗਾ। ਅੱਛਾ ਨਹੀਂ ਸ਼ੌਂਕਣ ਤਾਂ ਸਾਨੂੰ ਰੋਲ ਦੇਏਗੀ, ਕੋਈ ਨਹੀਂ, ਮੈਂ ਸ਼ੌਂਕਣ ਨੂੰ ਰੋਲ ਦੂੰਗਾ, ਮੇਰੀ ਕਹਾਣੀ ਹੈ ਨਾ, ਫਿਰ ਕਹਾਣੀ 'ਚ ਸ਼ੌਂਕਣ ਨੂੰ ਮੈਂ ਰੋਲ ਦੂੰਗਾ। ਪੱਕਾ, ਚਲੋ ਠੀਕ, ਕੋਈ ਗੱਲ ਨਹੀਂ, ਤੁਸੀਂ ਮੈਨੂੰ ਕਰੈਕਟਰ ਦੇ ਦਿਓ, ਕੋਈ ਚੱਕਰ ਨਹੀਂ। ਟੌਪ ਟੌਪ ਦੀ ਤੁਸੀਂ ਆਡੀਓ ਤਾਂ ਚਲੋ ਸਾਰਿਆਂ ਨੇ ਸੁਣੀ, ਹੁਣ ਵੀਡੀਓ ਆ ਰਹੀ, ਫਿਰ ਇੱਕ ਗਾਣਾ ਇੱਕ ਵਾਰ ਹੋ ਜਾਏ। ਹਾਂਜੀ, ਹੋ ਬਾਬੇ ਦੀ ਮਿਹਰ ਨਾਲ ਗੀਤ ਚੱਲਦੇ, ਵੀ ਨੱਕ ਨਹੀਂ ਸਦਾ ਹੀ ਰਿਪੀਟ ਚੱਲਦੇ, ਰਹੀਦਾ ਏ ਕਾਕਾ ਜੀ ਜ਼ਮੀਨ ਉੱਤੇ ਹੀ, ਦੇਖੇ ਨਹੀਂ ਉਹ ਕਿਸੇ ਨੇ ਹਾਲਾਤ ਕੱਲਦੇ, ਹੈਪੀ ਰਾਏ ਕੋਟੀ ਕੱਲਾ ਨਾਮ ਵਿਕਦਾ ਨਹੀਂ ਉਹ ਆਪ ਵਿਕਦਾ, ਕਹਿੰਦੇ ਗੀਤਕਾਰ ਜੀ ਜਿਹੜੇ ਵੱਡੇ ਵੈਲੀਆਂ 'ਚ ਬਾਲੀ ਅਗਨੀ, ਫਿਰਦੇ ਆ ਵਗਨੀ ਝੱਟ ਦਊਂਗਾ ਠਾਰਨੀ। ਮੈਨੂੰ ਵਧੀਆ ਲੱਗਦਾ ਅੰਤਰ ਸ਼ੌਂਕਣ ਵੱਲੋਂ, ਪੂਰੇ ਪਿਟਾਰਾ ਟੀਵੀ ਵੱਲੋਂ ਤੁਹਾਨੂੰ ਗੁੱਡ ਲੱਕ, ਤੁਹਾਡੇ ਜਿੰਨੇ ਵੀ ਗੀਤ ਆ ਰਹੇ ਨੇ ਅਤੇ ਤੁਸੀਂ ਇੱਦਾਂ ਹੀ ਮੇਰੇ ਸੁਪਨੇ 'ਚ ਆਉਂਦੇ ਰਹੋ, ਅੱਛਾ ਬਹਾਨੇ ਨਾਲ ਆਇਓ ਹੁਣ। ਮੈਂ ਜ਼ਰੂਰ ਆਊਂਗਾ, ਅਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਪਟਿਆਲਾ ਟੀਵੀ ਦਾ, ਸਾਰੀ ਟੀਮ ਦਾ, ਅਤੇ ਸ਼ੌਂਕਣ ਜੀ ਦਾ ਸਪੈਸ਼ਲੀ, ਤੁਸੀਂ ਮੈਨੂੰ ਇੱਥੇ ਲੈ ਕੇ ਆਉਂਦਾ ਆਪਣੇ ਸੁਪਨੇ 'ਚ ਲੈ ਕੇ ਆਉਂਦਾ, ਅਤੇ ਮੈਂ ਤਾਂ ਇੱਥੇ ਆ, ਅਤੇ ਤੁਸੀਂ ਹਮੇਸ਼ਾ ਸਪੋਰਟ ਕਰਦੇ ਹੋ, ਸੋ ਸਾਰੇ ਮੇਰੇ ਦਰਸ਼ਕਾਂ ਨੂੰ ਅਤੇ ਪਟਿਆਲਾ ਟੀਵੀ ਨੂੰ, ਪਟਿਆਲਾ ਟੀਵੀ ਦੀ ਸਾਰੀ ਟੀਮ ਨੂੰ, ਅਤੇ ਸ਼ੌਂਕਣ ਜੀ ਨੂੰ ਮੇਰੇ ਵੱਲੋਂ ਬੈਸਟ ਵਿਸ਼ਿਸ, ਅਤੇ ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ, ਥੈਂਕ ਯੂ ਸੋ ਮੱਚ। ਫਿਰ ਜੇਕਰ ਤੁਸੀਂ ਵੀ ਆਪਣੇ ਕੈਂਟ ਕੈਂਟ ਸਲੈਬਸ ਨੂੰ ਮਿਲਣਾ ਚਾਹੁੰਦੇ ਹੋ ਤਾਂ ਫਿਰ ਤੁਹਾਨੂੰ ਆਉਣਾ ਪੈਣਾ ਸ਼ੌਂਕਣ ਦੇ ਸੁਪਨੇ ਵਿੱਚ, ਤੁਸੀਂ ਕਹਿ ਦਿਓ ਯਾਰ ਤੁਹਾਡੀ ਗੱਲ ਜ਼ਿਆਦਾ ਮੰਨਦੇ ਆ। ਵੈਸੇ ਮੇਰਾ ਦਿਲ ਤਾਂ ਨਹੀਂ ਕਰਦਾ ਵੀ ਤੁਸੀਂ ਕੋਈ ਸ਼ੌਂਕਣ ਦੇ ਸੁਪਨੇ 'ਚ ਆਵੇ, ਪਰ ਫਿਰ ਵੀ ਮੈਂ ਕਹਿ ਦਿੰਦਾ ਕਿ ਤੁਸੀਂ ਜਿਹਨਾਂ ਨੂੰ, ਜਿਹੜੇ ਹਾਂ ਦਰਸ਼ਕਾਂ ਨੂੰ ਕਹਿ ਸਕਦਾ, ਜੇ ਤੁਸੀਂ ਕਿਸੇ ਨੂੰ ਮੇਰੇ ਤੋਂ ਇਲਾਵਾ ਜੇ ਤੁਹਾਡਾ ਮੂਡ ਬਣਦਾ ਤਾਂ ਤੁਸੀਂ ਜ਼ਰੂਰ ਆਪਣੇ ਜਿਹੜੀ ਫੀਡਬੈਕਸ ਇਹਨਾਂ ਨੂੰ ਦਿਓ ਕਿ ਜਿਹੜੇ ਤੁਹਾਡੇ ਸੈਲੀਬ੍ਰਿਟੀਜ਼ ਨੇ ਜਿਹਨਾਂ ਨੂੰ ਤੁਸੀਂ ਪਿਆਰ ਕਰਦੇ ਹੋ, ਉਹ ਸ਼ੌਂਕਣ ਜੀ ਦੇ ਸੁਪਨੇ 'ਚ ਆਉਂਦੇ। ਬਿਲਕੁਲ ਆਓਗੇ, ਤਾਂ ਫਿਰ #ਸ਼ੌਂਕਣ ਨੂੰ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।